ਮਾਸ਼ਾਅੱਲਾ ਜੀ, ਲੰਗਰ ਪੈਕ ਹੋ ਗਿਆ ਜੀ, ਬਸ ਨਿਕਲਣ ਲੱਗੇ। ਅੱਲਾ ਖੈਰ ਕੀਤੀ ਜੀ। ਮਾਸ਼ਾਅੱਲਾ ਅੱਜ ਜੀ 150 ਬੰਦੇ ਦਾ ਲੰਗਰ ਪੱਕਿਆ, 150 ਦਾ। ਕਿਉਂ, ਅੱਜ ਪਹਿਲਾ ਹਫ਼ਤਾ ਸੀ, ਖੁਸ਼ ਰਹੇ। ਮੈਂ ਆਪਣੀ ਡਿਊਟੀ ਦੇ ਰਿਹਾ ਕਬਰ ਦੀ ਗਰਮੀ ਤੋਂ ਬਚਣ ਵਾਸਤੇ, ਅਤੇ ਅੱਲਾ ਨੂੰ ਪਤਾ ਨਾ ਕਬ ਕੀ ਹੋਣਾ ਅਤੇ ਕੀ ਨਹੀਂ ਹੋਣਾ, ਮਗਰ ਅਸੀਂ ਕੋਸ਼ਿਸ਼ ਤਾਂ ਕਰ ਸਕਦੇ ਹਾਂ ਕਿ ਅੱਛੇ ਕੰਮ ਕਰ ਲਈਏ, ਸਾਡੀ ਜਿਹੜੀ ਆਖਰਤ ਅੱਛੀ ਹੋ ਜਾਏ। ਚੰਦ ਦੋਸਤ ਮੇਰੇ ਜਿਹੜੇ ਨਾਲ ਨੇ, ਉਹਨਾਂ ਵਾਸਤੇ ਇਹੋ ਹੀ ਦੁਆ ਕਿ ਅੱਲਾ ਦੀ ਜ਼ਾਤ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜ ਨਾ ਆਏ, ਅੱਲਾ ਤਾਲਾ ਨੂੰ ਸਿਹਤ ਦੇਵੇ, ਤੰਦਰੁਸਤੀ ਦੇ। ਜਿਹੜੇ ਨਾਲ ਨਹੀਂ, ਉਹ ਮੇਰੇ ਚੈਨਲ ਦੇ ਜ਼ਰੀਏ ਕਿਸੇ ਤਰੀਕੇ ਨਾਲ ਵੀ ਮੇਰੇ ਨਾਲ ਅਟੈਚ ਹੋ ਸਕਦੇ ਨੇ। ਲੰਗਰ ਪੱਕਦਾ ਹਫ਼ਤੇ 'ਚ 3 ਦਿਨ, ਮਾਸ਼ਾਅੱਲਾ, ਹਫ਼ਤਾ ਤਵਾਰ ਪੇਰ। ਜਿਹਦੇ ਵਾਸਤੇ ਰਹੇ ਜੀ, ਖੁਸ਼ ਰਹੇ, ਆਮੀਨ। ਵੰਡੀ ਜਾ, ਵੰਡੀ ਜਾ, ਵੰਡੀ ਜਾ। ਬਿਸਮਿਲ੍ਲਾਹਿਰਰਹਿਮਾਨਿਰਰਹਿਮ। ਮੈਂ ਮੁਹੰਮਦ ਅਮੀਨ, ਜਿਸ ਤਰ੍ਹਾਂ ਕਿ ਅਰਸਾ 2.5-3 ਸਾਲ ਤੋਂ ਹੋਸਪਿਟਲ ਲੰਗਰ ਜਾਂਦਾ, ਹਫ਼ਤਾ ਤਵਾਰ ਪੀਰ 3 ਦਿਨ, ਜਿਹਦੇ 'ਚ ਚੰਦ ਮੇਰੇ ਭੈਣ ਭਰਾ ਮੇਰੇ ਨਾਲ ਨੇ, ਕੋਈ ਚੰਦ ਪਿੱਛੇ ਹਟੇ ਨੇ। ਅੱਲਾ ਦੀ ਜ਼ਾਤ ਉਹਨਾਂ ਨੂੰ ਦੁਬਾਰਾ ਮੌਕਾ ਦੇ। ਅਗਰ ਕੋਈ ਇਸ ਲੰਗਰ 'ਚ ਸ਼ਾਮਿਲ ਹੋਣਾ ਚਾਹੁੰਦਾ ਤਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਕਰਕੇ ਇਸ ਲੰਗਰ 'ਚ ਸ਼ਾਮਿਲ ਹੋ ਸਕਦੇ ਹੋ। ਮਾਸ਼ਾਅੱਲਾ ਜੀ, ਈਦ ਗੁਜ਼ਰ ਗਈ, ਈਦ ਦਾ ਪਹਿਲਾ ਹਫ਼ਤਾ ਸ਼ੁਰੂ ਹੋ ਗਿਆ, ਲੰਗਰ ਪੱਕਣ ਲੱਗਾ। ਮਾਸ਼ਾਅੱਲਾ, ਹਫ਼ਤੇ ਦਾ ਦਿਨ ਹੈ ਜੀ, 22 ਤਰੀਕ ਹੈ ਹਫ਼ਤੇ ਦਾ ਦਿਨ। ਮਾਸ਼ਾਅੱਲਾ, ਲੰਗਰ ਦੀ ਤਿਆਰੀ ਹੋ ਗਈ, ਛੁੱਟੀਆਂ ਕਰਕੇ ਕੀ ਕਰਨਾ, ਕੋਈ ਮਤਲਬ ਨਹੀਂ ਜ਼ਿੰਦਗੀ ਦਾ। ਜ਼ਿੰਦਗੀ ਦਾ ਇਹੋ ਹੀ ਮਤਲਬ ਹੈ ਕਿ ਜਿੰਨੀ ਦੇਰ ਜ਼ਿੰਦਗੀ ਇਹ ਲੰਗਰ ਪੱਕਦਾ ਰਹੇ। ਤੁਹਾਡੀ ਬਹੁਤ ਸਖ਼ਤ ਜ਼ਰੂਰਤ ਹੈ, ਜਿਹਦੇ ਪਾਸੇ ਨੇ ਇਹ ਵੀਡੀਓ ਵੇਖਿਆ ਕਰੋ, ਲਾਈਕ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਇਸ ਚੈਨਲ 'ਚ ਸ਼ਾਮਿਲ ਹੋ ਜਾਓ। ਤੁਹਾਡਾ ਅੱਜ ਇੱਕ ਲਾਈਕ ਕੀਤਾ, ਆਉਣ ਵਾਲੇ ਵਕਤ 'ਚ ਤੁਸੀਂ ਹੋ ਸਕਦਾ 10 ਬੰਦਿਆਂ ਦੀ ਰੋਟੀ ਦਾ ਵਸੀਲਾ। ਅਸੀਂ ਦੁਨੀਆਂ ਦੇ ਬੜੇ ਕੰਮ ਕਰਨੇ ਆ, ਵੀਡੀਓ ਵੇਖਣੇ, ਸਭ ਕੁਝ ਵੇਖਣੇ, ਅੱਲਾ ਦੇ ਰਾਹ ਦੇ ਵੀ ਕਰਨੇ ਆ। ਚੰਦ ਦੋਸਤ ਜਿਹੜੇ ਸ਼ਾਮਿਲ ਹੋਣਾ ਚਾਹੁੰਦੇ, ਉਹਨਾਂ ਵਾਸਤੇ ਇਹੋ ਹੀ ਹੈ ਕਿ ਅੱਛਾ ਕੰਮ ਹੈ, ਅੱਲਾ ਦਾ ਕੰਮ ਹੈ, ਮੇਰੀ ਤੇਰੀ ਜ਼ਿੰਦਗੀ ਹੈ, ਮੈਂ ਲੰਗਰ ਪਕਾਉਂਦਾ ਰਹਾਂ। ਅੱਜ ਬਿਰਿਆਨੀ ਪੱਕਣ ਲੱਗੀ ਹੈ ਜੀ, ਗਰੇਵੀ ਬਣਾ ਲਈ ਹੈ। ਸਭ ਤੋਂ ਪਹਿਲੇ ਗਰੇਵੀ ਬਣਾਵਾਂਗੇ, ਪਿਆਜ਼ ਬਰਾਉਨ ਹੋ ਗਿਆ, ਅਦਰਕ ਲਸਣ ਦਾ ਪੇਸਟ ਬਣਾਵਾਂਗੇ, ਉਹ ਪਾਵਾਂਗੇ। ਚੌਲ ਵੀ ਮਾਸ਼ਾਅੱਲਾ ਤਿਆਰ ਹੋ ਗਏ ਨੇ, 2-3 ਪਾਣੀ ਚੌਲ ਧੋਲੇ ਨੇ। ਬਸ ਦੁਆ ਇਹੋ ਹੀ ਹੈ ਕਿ ਮੇਰੀ ਜਿੰਨੀ ਦੇਰ ਜ਼ਿੰਦਗੀ, ਅੱਲਾ ਦੀ ਜ਼ਾਤ ਮੈਨੂੰ ਇਸ ਨੌਕਰੀ 'ਚ ਸ਼ਾਮਿਲ ਰੱਖੇ ਜੀ। ਮਾਸ਼ਾਅੱਲਾ ਜੀ, ਬੱਚੇ ਕਹਿੰਦੇ ਜੀ ਛੁੱਟੀ ਕਰ ਲਓ, ਛੁੱਟੀ ਕਰਕੇ ਕੀ ਕਰਨਾ, ਛੁੱਟੀ ਕਰਕੇ ਕੀ ਕਰਨਾ ਹੈ ਕਿ ਚਲੋ ਕਿ 200 ਬੰਦੇ ਦੇ ਮੂੰਹ 'ਚ ਖਾਣਾ ਜਾਏਗਾ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ। ਜ਼ਿੰਦਗੀ ਦਾ ਕੀ ਮਤਲਬ ਜਦੋਂ ਜ਼ਿੰਦਗੀ ਅੱਲਾ ਨੇ ਲਾਤੀ ਇਸ ਕੰਮ ਦੇ ਵਿੱਚ ਕਿ ਮੈਂ ਛੁੱਟੀਆਂ ਕੀ ਕਰਨੀਆਂ ਨੇ। ਅੱਲਾ ਦੀ ਜ਼ਾਤ ਨੇ ਸੋਨੇ ਦਾ ਦਰ ਵੀ ਵਿਖਾ ਦਿੱਤਾ, ਇੱਕ ਮੇਰੀ ਕੋਈ ਧੀ ਭੈਣ ਹੈਗੀ ਹੈ ਜਿਹਨੇ ਮੈਨੂੰ ਉਮਰਾ ਵੀ ਕਰਾ ਦਿੱਤਾ, ਨੌਕਰੀ ਦੇ ਪੈਸੇ ਮਿਲ ਗਏ, ਅੱਲਾ ਨੇ ਜ਼ਿਆਦਤਾਂ ਕਰਾ ਦਿੱਤੀਆਂ ਸਾਰੇ ਮਦੀਨੇ ਦੀਆਂ, ਸੋਨੇ ਦੀਆਂ, ਉਮਰਾ ਕਰ ਦਿੱਤਾ, ਅਤੇ ਹੁਣ ਮਾਸ਼ਾਅੱਲਾ ਜ਼ਿੰਦਗੀ ਰਹੀ ਅਤੇ ਫਿਰ ਕੋਈ ਨਾ ਕੋਈ ਅੱਛਾ ਜੀ, ਹੁਣ ਪਾਵਾਂਗੇ ਅਦਰਕ ਲਸਣ ਦਾ ਪੇਸਟ। ਅੱਛੇ ਤੋਂ ਅੱਛੇ ਮਸਾਲੇ ਪਾਈਦੇ ਨੇ ਤੁਹਾਡੇ, ਸਿਰਫ ਤੁਹਾਡੇ ਭੈਣ ਭਰਾਵਾਂ ਦੇ ਨੇ,
ਮੇਰਾ ਇਹਦੇ ਚ ਕੋਈ ਚੱਕਰ ਨਹੀਂ ਹੈਗਾ। ਮਾਸ਼ਾਅੱਲਾ ਜੀ, ਬਿਰਿਆਨੀ ਮਸਾਲਾ ਮੁਖਤਲਿਫ ਕਿਸਮ ਦੀਆਂ ਚੈਨਲ ਦੇ ਉੱਤੇ ਮੈਂ ਵੀਡੀਓ ਦੇ ਰਿਹਾ, ਈਦ ਦੇ ਹਵਾਲੇ ਨਾਲ ਬੌਂਗ ਸਿਰੀ ਪਾਵੇ ਦਾਲਾਂ ਸਾਰੀਆਂ ਵੀਡੀਓ ਵੇਖਿਆ ਕਰੋ, ਇਸ ਲੰਗਰ 'ਚ ਸ਼ਾਮਿਲ ਹੋ ਜਾਓ। ਔਰ ਮੈਂ ਕੁਛ ਨਹੀਂ ਮੰਗਦਾ ਤੁਹਾਡੇ ਕੋਲੋਂ, ਨਾ ਮੈਂ ਪੈਸੇ ਮੰਗਣਾ, ਅੱਲਾ ਦੀ ਜ਼ਾਤ ਨੇ ਤੁਹਾਡਾ ਸਾਥ ਦਿੱਤਾ ਹੈ ਮੈਨੂੰ, ਬਸ ਮੇਰੇ ਲਈ ਇਹੋ ਹੀ ਬਹੁਤ ਹੈ। ਮਾਸ਼ਾਅੱਲਾ ਜੀ, ਗਰੀਬੀ ਬਣਦੀ ਪਈ ਹੈ, ਇੰਤਜ਼ਾਰ ਲੋਕ ਕਰ ਰਹੇ ਨੇ ਹੋਸਪਿਟਲ ਕਿ ਅੰਕਲ ਅੱਜ ਆਣਗੇ, ਜ਼ਾਹਰ ਹੈ ਲੰਗਰ ਪਕਾ ਰਹੇ ਜੀ, ਜਾਣਾ ਮੈਂ। ਹੁਣ ਜੀ ਉਮਰ ਦਾ ਤਕਾਜ਼ਾ ਹੈ, ਮਗਰ ਉਮਰ ਜਿੰਨੀ ਮਰਜ਼ੀ ਹੋ ਜਾਏ ਡਿਊਟੀ ਹੈ ਉਹ ਤਾਂ ਦੇਣੀ ਹੈ। ਮਾਸ਼ਾਅੱਲਾ ਜੀ, ਜੋ ਬਾਅਦ ਪਹਿਲਾ ਹਫ਼ਤਾ ਲੰਗਰ ਸ਼ੁਰੂ, ਨਿਮਕ ਟੱਕ ਲਈਏ, ਅੱਛਾ ਜੀ ਅਸੀਂ ਇਹਨੂੰ ਦਮ ਲਾਵਾਂਗੇ ਜੀ। ਅੱਛਾ ਜੀ, 20 ਤੋਂ 25 ਮਿੰਟ ਅਸੀਂ ਇਹਨੂੰ ਦਮ ਲਾਵਾਂਗੇ, ਅਤੇ ਚੌਵਲ ਜਿਹੜੇ ਸੀ ਅਸੀਂ 2 ਤੋਂ 3 ਘੰਟੇ ਭਿਉਂਏ ਸਨ, ਜਿਹਦੇ ਵਾਸਤੇ ਰਹੇ ਜੀ ਖੁਸ਼ ਰਹੇ। ਮੈਂ ਆਪਣੀ ਡਿਊਟੀ ਦੇ ਰਿਹਾ ਕਬਰ ਦੀ ਗਰਮੀ ਤੋਂ ਬਚਣ ਵਾਸਤੇ, ਜਿਹਦੇ ਅੱਲਾ ਨੂੰ ਪਤਾ ਨਾ ਕਬ ਕੀ ਹੋਣਾ ਜੇ ਕੀ ਨਹੀਂ ਹੋਣਾ, ਮਗਰ ਅਸੀਂ ਕੋਸ਼ਿਸ਼ ਤਾਂ ਕਰ ਸਕਦੇ ਹਾਂ ਕਿ ਅੱਛੇ ਕੰਮ ਕਰ ਲਈਏ, ਸਾਡੀ ਜਿਹੜੀ ਆਖਰਤ ਅੱਛੀ ਹੋ ਜਾਏ। ਚੰਦ ਦੋਸਤ ਮੇਰੇ ਜਿਹੜੇ ਨਾਲ ਨੇ ਉਹਨਾਂ ਵਾਸਤੇ ਇਹੋ ਹੀ ਦੁਆ ਕਿ ਅੱਲਾ ਦੀ ਜ਼ਾਤ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜ੍ਹ ਨਾ ਆਏ, ਅੱਲਾ ਤਾਲਾ ਨੂੰ ਸਿਹਤ ਦੇਵੇ, ਤੰਦਰੁਸਤੀ ਦੇ, ਜਿਹੜੇ ਨਾਲ ਨਹੀਂ ਉਹ ਮੇਰੇ ਚੈਨਲ ਦੇ ਜ਼ਰੀਏ ਕਿਸੇ ਤਰੀਕੇ ਨਾਲ ਵੀ ਮੇਰੇ ਨਾਲ ਅਟੈਚ ਹੋ ਸਕਦੇ ਨੇ। ਲੰਗਰ ਪੱਕਦਾ ਹਫ਼ਤੇ 'ਚ 3 ਦਿਨ, ਮਾਸ਼ਾਅੱਲਾ ਹਫ਼ਤਾ ਤਵਾਰ ਫੇਰ, ਅਤੇ ਜਿਹਦੇ ਵਾਸਤੇ ਰਹੇ ਜੀ ਖੁਸ਼ ਰਹੇ, ਆਮੀਨ। ਅੱਛਾ ਜੀ, ਅੱਜ ਗਰਮੀ ਬਹੁਤ ਜ਼ਿਆਦਾ, ਮਗਰ ਗੱਲ ਬਾਰ ਬਾਰ ਮੈਂ ਕੀ ਕਹਿਣੀ, ਦਮ ਹੋ ਗਿਆ ਜੀ, ਦਮ ਪੁੱਟ ਲਈਏ। ਮਾਸ਼ਾਅੱਲਾ ਜੀ, ਹੁਣ ਇਹਨਾਂ ਨੂੰ ਅਸੀਂ ਹਿਲਾਉਂਦੇ ਹਾਂ ਜੀ, ਅੱਲਾ ਦੀ ਜ਼ਾਤ ਸਭ ਦੇ ਨਾਲ ਹੈ। ਅੱਲਾ ਤਾਲਾ ਨੇ ਤੁਹਾਨੂੰ ਮੌਕਾ ਦਿੱਤਾ, ਅੱਲਾ ਤਾਲਾ ਨੇ ਤੁਹਾਨੂੰ ਮੇਰੇ ਨਾਲ ਜੁੜਿਆ, ਜਿੰਨੀ ਦੇਰ ਮੇਰੀ ਜ਼ਿੰਦਗੀ ਤੁਸੀਂ ਮੇਰੇ ਨਾਲ ਜੁੜੇ ਰਹੋ ਅਤੇ ਮੈਂ ਲੰਗਰ ਪਕਾਉਂਦਾ ਰਹਾਂ। ਅੱਲਾ ਦੀ ਜ਼ਾਤ ਤੁਹਾਡੇ 'ਤੇ ਆਪਣਾ ਹਰ ਟਾਈਮ ਇਸੇ ਤਰ੍ਹਾਂ ਕਰਮ ਰੱਖਿਆ ਜੀ, ਅੱਲਾ ਤਾਲਾ ਤੁਹਾਨੂੰ ਕਿਸੇ ਚੀਜ਼ ਦੀ ਥੋੜ ਨਾ ਆਏ। ਮਾਸ਼ਾਅੱਲਾ ਜੀ, ਲੰਗਰ ਪੈਕ ਹੋ ਗਿਆ ਜੀ,
ਬਸ ਨਿਕਲਣ ਲੱਗੇ ਅੱਲਾ ਖੈਰ ਕੀਤੀ ਜੀ। ਮੰਨ ਲਾ ਮਾਸ਼ਾਅੱਲਾ ਅੱਜ ਜੀ 150 ਬੰਦੇ ਦਾ ਲੰਗਰ ਪੱਕਿਆ 150। ਕਿਉਂ ਅੱਜ ਪਹਿਲਾ ਹਫ਼ਤਾ ਸੀ। ਹਾਂਜੀ ਬਾਊ ਜੀ ਠੀਕ ਗੁਜ਼ਰ ਗਈ ਸਾਥੀ? ਚਲੋ ਅੱਲਾ ਖੈਰ ਕੀਤਾ ਯਾਰ, ਤਬੀਤਾਂ ਕੁਝ ਠੀਕ ਨਹੀਂ। ਚਲੋ ਲੰਗਰ ਖਾਓ ਤੁਸੀਂ। ਆਜੋ ਬਾਹਰ ਆ ਕੇ ਲੰਗਰ ਲਵੋ ਲੰਗਰ। ਅਮੀਰ ਬੱਚੇ ਵਾਲਾ ਆਇਆ ਵੀ ਲੰਗਰ ਲਵੋ ਲੰਗਰ। ਆਜੋ ਆਜੋ ਬਾਹਰ ਆ ਕੇ ਲੰਗਰ ਲਵੋ ਲੰਗਰ। ਅਮੀਰ ਬੱਚੇ ਵਾਲਾ ਆਇਆ ਵੀ ਸਭ ਆਜੋ। ਆਜੋ ਮੇਰਾ ਭਾਈ ਲੰਗਰ ਲਵੋ ਲੰਗਰ। ਬਾਬਾ ਜੀ ਕੀ ਹਾਲ ਹੈ?